ਕੋਰੋਨਾ ਵਾਇਰਸ ਦਾ ਡਰ ਲੋਕਾਂ ਅੰਦਰ ਇੰਨਾ ਵੱਧ ਗਿਆ ਹੈ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਅੰਦਰ ਰੋਜ਼ੀ ਰੋਟੀ ਕਮਾਉਣ ਦੇ ਲਈ ਰੀਪਰਾਂ ਅਤੇ ਕੰਬਾਈਨਾਂ ਤੇ ਗਈ ਲੇਬਰ ਨੂੰ ਮਾਲਕਾਂ ਵੱਲੋਂ ਹਰਿਆਣਾ ਦੀ ਸਰਹੱਦ ਤੇ ਹੀ ਛੱਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਮਜ਼ਦੂਰ ਕਈ ਕਿਲੋਮੀਟਰ ਪੈਦਲ ਤੁਰ ਕੇ ਹੀ ਆਪਣੇ ਘਰ ਜਾਣ ਦੇ ਲਈ ਮਜਬੂਰ ਹਨ। ਹਰਿਆਣਾ ਦੀ ਹੱਦ ਤੇ ਪਿੰਡ ਢਾਬੀ ਗੁਜਰਾ ਵਿਖੇ ਹਰਿਆਣਾ ਵੱਲੋਂ ਆ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸੰਗਰੂਰ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਤੋਂ ਹੈ ਅਤੇ ਰੋਜ਼ੀ ਰੋਟੀ ਕਮਾਉਣ ਦੇ ਲਈ ਰੀਪਰ ਤੇ ਗੁਜਰਾਤ ਗਿਆ ਸੀ, ਪਰ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਸਮੁੱਚੇ ਦੇਸ਼ ਦੇ ਵਿੱਚ ਲੌਕਡਾਊਨ ਤੋਂ ਬਾਅਦ ਰੀਪਰ ਦੇ ਮਾਲਕ ਉਸਨੂੰ ਅਤੇ ਉਸਦੇ ਸਾਥੀ ਨੂੰ ਹਰਿਆਣਾ ਰਾਜ ਦੇ ਨਰਵਾਣਾ ਸ਼ਹਿਰ ਵਿਖੇ ਉਤਾਰ ਕੇ ਚਲੇ ਗਏ। ਕੀ ਨਾਮ ਹੈ ਤੁਹਾਡਾ ਜੀ? ਫਾਤਮਾ ਸਿੰਘ ਸਰ। ਕਿੱਥੋਂ ਆਏ ਤੁਸੀਂ? ਅਸੀਂ ਆਏ ਜੀ ਗੁਜਰਾਤ ਚੋਂ ਜੀ। ਕਿੱਥੇ ਚੱਲੇ ਹੋ ਤੁਸੀਂ? ਪੰਜਾਬ ਜੀ। ਕਿਹੜੇ ਪਿੰਡ? ਬੁਰਜ ਬਘੇਲ ਸਿੰਘ ਵਾਲਾ ਜੀ। ਕੀ ਕੰਮ ਗਏ ਸੀਗੇ ਉੱਥੇ? ਕੀ ਕੰਮ ਗਏ ਸੀ? ਅਸੀਂ ਰੀਪਰਾਂ 'ਤੇ ਗਏ ਤੇ ਜੀ, ਰੀਪਰਾਂ 'ਤੇ ਜੀ। ਕਿੱਥੇ ਗਏ ਸੀ? ਗੁਜਰਾਤ ਜੀ। ਅਤੇ ਹੁਣ ਤੁਸੀਂ ਗੁਜਰਾਤ ਤੋਂ ਨਰਵਾਣੇ ਕਿਵੇਂ ਆਏ? ਨਰਵਾਣੇ ਉਹ ਮਾਲਕ ਛੱਡ ਗਏ ਸਾਨੂੰ ਉੱਥੇ ਰਾਹ 'ਚ ਲਾ ਕੇ ਜੀ, ਕਹਿੰਦੇ ਜਾਓ ਪੰਜਾਬ ਨੂੰ, ਕਹਿੰਦੇ ਇੱਥੇ ਤੁਹਾਨੂੰ 14 ਦਿਨ ਰੱਖਣਗੇ ਜੀ ਡਾਕਟਰ। ਅਤੇ ਨਰਵਾਣੇ ਤੁਸੀਂ ਹੁਣ ਤੁਰ ਕੇ ਆ ਰਹੇ? ਹਾਂ, ਤੁਰ ਕੇ ਆ ਰਹੇ ਜੀ, ਭੁੱਖੇ 'ਤੇ ਹੈ ਜੰਮੂ। ਇਸ ਤੋਂ ਇਲਾਵਾ ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪੁਣੇ ਤੋਂ ਬਠਿੰਡਾ ਰਿਫਾਈਨਰੀ ਦੇ ਲਈ ਟਰੱਕ ਦੇ ਵਿੱਚ ਮਾਲ ਭਰ ਕੇ ਕੈਥਲ ਖੜਾ ਹੈ, ਪਰ ਮਨਜ਼ੂਰੀ ਨਾ ਹੋਣ ਕਾਰਨ ਉਸ ਨੂੰ ਉੱਥੇ ਹੀ ਰੁਕਣਾ ਪੈ ਰਿਹਾ ਅਤੇ ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਬਠਿੰਡਾ ਜਾ ਰਿਹਾ ਹੈ। ਕੀ ਨਾਮ ਹੈ ਤੁਹਾਡਾ? ਕਿੱਥੋਂ ਆਏ ਹੋ? ਮੈਂ ਨਰਵਾਣਾ ਸ਼ਹਿਰ ਜੀ, ਬਠਿੰਡਾ ਜਾ ਰਿਹਾ ਜੀ। ਕੀ ਲੈ ਕੇ ਆਏ ਗੱਡੀ ਤੁਸੀਂ? ਖਾਲੀ। ਅਤੇ ਪਿੱਛੋਂ ਕਿੱਥੋਂ ਆਏ ਤੁਸੀਂ? ਮੈਂ ਨਰਵਾਣਾ ਸ਼ਹਿਰ ਸਰ। ਬਠਿੰਡੇ ਕੀ ਕੰਮ ਜਾਣਾ ਤੁਹਾਨੂੰ? ਇਹ ਖਾਲੀ ਗੱਡੀ ਹੈ ਜੀ, ਬਠਿੰਡਾ ਜੀ, ਮੈਂ ਛੋੜ ਜਾਣਾ। ਤੁਹਾਨੂੰ ਰਸਤੇ ਰੁਕੇ ਨੇ ਪਿੱਛੇ ਕਿਸੇ ਨੇ? ਹਰਿਆਣਾ ਪੁਲਿਸ ਨੇ ਜਾਂ ਹੋਰ ਨੇ? ਨਾ ਸਰ, ਪਿੱਛੇ ਸ਼ਹਿਰ ਮਤਲਬ 20-25-30 ਕਿਲੋਮੀਟਰ ਤੇ। ਕੋਈ ਪਾਸ ਵਗੈਰਾ ਤੁਹਾਡੇ ਕੋਲ? ਪਾਸ ਕੋਈ ਆ? ਮਨਜ਼ੂਰੀ ਹੈ ਗੱਡੀ ਜਾਣ ਦੀ? ਨਹੀਂ, ਅਭੀ ਤਾਂ ਕੋਈ ਮਨਜ਼ੂਰੀ ਨਹੀਂ ਹੈ ਜੀ। ਤੁਹਾਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ, ਤੁਸੀਂ ਬਿਨਾਂ ਪਾਸ ਤੋਂ ਫਿਰ ਰਹੇ ਹੋ? ਪਤਾ ਜੀ, ਇਸ ਬਾਤ ਦਾ ਕੀ ਕਰਾਂ ਜੀ, ਮਾਲਕ ਲੋਕ ਤੋਂ ਨਹੀਂ ਮੰਨਦੇ, ਫਿਰ ਮਤਲਬ ਬੋਲਦੇ ਆ ਬਸ ਜਾਓ ਉਧਰ, ਗਾੜੀ ਖੜੀ ਕਰੀ ਜਾਓ ਮਾਰੀ। ਮਾਲਕ ਤੁਹਾਡੇ ਕਿੱਥੋਂ ਦੇ ਨੇ ਇਹ? ਬਠਿੰਡਾ ਹੀ ਗਏ ਜੀ। ਕਿਹੜੀ ਟਰਾਂਸਪੋਰਟ ਦੀ ਗੱਡੀ ਹੈ ਇਹ? ਐਸਟੀ ਸੀ ਜੀ। ਹੁਣ ਤੁਸੀਂ ਕੀ ਚਾਹੁੰਦੇ ਹੋ ਫਿਰ? ਉਹਨੂੰ ਚਾਹੁੰਦੇ ਤੁਸੀਂ ਬਤਾਓ, ਮੈਂ ਬਤਾਓ ਚਾਹੁੰਦੇ ਹੋਰ ਤੁਸੀਂ? ਮੈਂ ਵੀ ਬਾਲਕ ਬੱਚੇ ਆ ਗਏ ਸਾਰੇ, ਬਾਲਕ ਕੰਮ ਛੁੱਟ ਗਿਆ ਵਾਂ, ਕੰਮ ਕੀ ਕਰਾਂ, ਮਜਬੂਰੀ ਹੈ ਜੀ। ਕਹਾਂ ਸੇ ਆਏ ਹੋ ਤੁਮ? ਮੈਂ ਕੈਥਲ ਸੇ ਆਇਆ। ਇਹ ਇਸਮੇ ਗਾੜੀ ਮੈਂ ਕਹਾਂ ਸੇ ਲੈ ਕੇ ਆਏ ਗਾੜੀ ਆਪ? ਉਨਾ ਸੇ। ਤੋ ਕਿਤਨੇ ਦਿਨ ਹੋ ਗਏ ਆਪਕੋ ਜੀ ਗਾੜੀ ਲੈ ਕੇ ਆਏਗੀ? ਯੇ ਤੋ ਜੀ ਮਹੀਨਾ ਹੋ ਗਿਆ, ਇੱਕ ਮਹੀਨਾ। ਕਹਾਂ ਰੁਕੀ ਹੋਈ ਥੀ ਗਾੜੀ ਇਹ? ਯੇ ਕੈਥਲ ਰੁਕੀ ਹੈ। ਵਹਾਂ ਸੇ ਆਪਕੋ ਆਨੇ ਨਹੀਂ ਦੇ ਰਹੇ ਥੇ ਕੈਸੇ ਜੀ? ਨਹੀਂ ਜੀ, ਆਨੇ ਨਹੀਂ ਦੇ ਰਹੇ ਥੇ, ਬੰਦ ਥਾ। ਤੁਹਾਰੇ ਪਾਸ ਪਰਮਿਸ਼ਨ ਨਹੀਂ ਹੈ ਇਸਕੀ? ਪਰਮਿਸ਼ਨ ਹੈ ਜੀ। ਫਿਰ ਕੀ ਰੋਕਾ ਤੁਹਾਨੂੰ ਮੈਂ? ਵੋ ਯੇ ਇਸ ਕਰੋਨਾ ਵਾਇਰਸ ਕੀ ਵਜ੍ਹਾ ਸੇ ਰੋਕਾ ਹੋਇਆ। ਤੋ ਆਜ ਕਹਾਂ ਜਾ ਰਹੇ ਹੋ ਤੁਮ ਫਿਰ ਇਸਕੋ? ਬਠਿੰਡਾ ਜੀ। ਕਿਆ ਸਮਾਨ ਲੈ ਕੇ ਆਇਆ ਤੁਸੀਂ? ਇਸਮੇ ਕਾਰਟੂਨ ਹੈ ਸਰ। ਕਾਰਟੂਨ ਮੈਂ ਕਿਆ ਚੀਜ਼ ਹੈ ਇਸਮੇ? ਇਸਮੇ ਵੋ ਤੋ ਜੀ ਬਠਿੰਡਾ ਵਾਲੀ ਜਾਣੇ ਜੀ, ਬੰਦ ਹੈ ਸਭ ਮਾਲ। ਕਿਦੋਂ ਬੰਦ ਮਾਲ? ਪੈਕਿੰਗ ਮੇ ਹੈ। ਕੋਈ ਤੁਹਾਰੀ ਰਸਤੇ ਮੇ ਕੋਈ ਤੁਮੇ ਦਿੱਕਤ ਨਹੀਂ ਆਈ ਕਿਸੇ ਪਿਛੇ? ਨਹੀਂ ਜੀ, ਕੋਈ ਦਿੱਕਤ ਨਹੀਂ ਆਈ ਕੋਈ। ਪਾਤਰਣਾ ਤੋਂ ਗੁਰ ਇਕਬਾਲ ਸਿੰਘ ਖਾਲਸਾ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।